ਜਿੱਥੇ ਕੈਨੇਡਾ ਵਿੱਚ ਟੀਕੇਾਂ ਦੇ ਸਪਲਾਈ ਦੇ ਵਧਣ ਦੀ ਉਮੀਦ ਹੈ 온ਟਾਰੀਓ ਨੇ ਇਸ਼ਾਰਾ ਕਰ ਦਿੱਤਾ ਹੈ ਕਿ ਕਿਹੜੇ ਸਮੂਹਾਂ ਨੂੰ ਸ਼ਾਰਟਸ ਤੱਕ ਪਹੁੰਚ ਵਿੱਚ ਪਹਿਲ ਦਿੱਤੀ ਜਾਵੇਗੀ ਪਰ ਇਸ ਸੂਚੀ ਸੰਬੰਧੀ ਚਿੰਤਾਵਾਂ ਹਨ ਕਿ ਇਸ ਵਿੱਚੋਂ ਅਜਿਹੀ ਆਬਾਦੀ ਛੱਡੀ ਜਾ ਚੁੱਕੀ ਹੈ ਜਿਸ ਨੂੰ ਵਾਇਰਸ ਤੋਂ ਵਧੇਰੇ ਜੋਖਮ ਹੈ 온ਟਾਰੀਓ ਦੇ ਪਹਿਲੇ ਪੜਾਅ ਦੀ ਅਗਲੀ ਤਰਜੀਹ ਸੂਚੀ ਵਿੱਚ 80 ਜਾਂ ਇਸ ਤੋਂ ਵੱਧ ਉਮਰ ਦੇ ਵਿਅਕਤੀ ਅਤੇ ਕ੍ਰੋਨਿਕ ਹੋਮ ਕੇਅਰ ਲੈਣ ਵਾਲੇ ਵਿਅਕਤੀ ਸ਼ਾਮਲ ਨੇ ਪਰ ਡਿਸੇਬਿਲਿਟੀਆਂ ਵਾਲੇ ਸ਼ਾਮਲ ਨਹੀਂ I'm disappointed, but not surprised, that disabled people outside of long term care homes are not being prioritized. We've seen time and time again since the beginning of this pandemic that uh, disabled people have been left out of the conversation. If you're disabled and immunocompromised, you should be prioritized. because you are the most at risk to die ਇਸ ਹਾਲ ਦੇ ਸ਼ੁਰੂ ਵਿੱਚ ਫੈਡਸ ਨੂੰ ਡਾਊਨ ਸਿੰਡਰੋਮ ਵਾਲੇ ਐਡਲਟਸ ਨੂੰ ਪਹਿਲੇ ਪੜਾਅ ਵਿੱਚ ਰੱਖਣ ਦੀ ਸਲਾਹ ਦਿੱਤੀ ਗਈ ਸੀ ਉਸ ਪੱਤਰ ਵਿੱਚ ਕੈਨੇਡੀਅਨ ਡਾਊਨ ਸਿੰਡਰੋਮ ਸੁਸਾਇਟੀ ਨੇ ਯੂਕੇ ਦੇ ਇੱਕ ਅਧਿਐਨ ਦਾ ਹਵਾਲਾ ਦਿੰਦੇ ਕਿਹਾ ਸੀ ਕਿ ਇਸ ਕੰਡੀਸ਼ਨ ਵਾਲੇ ਵਿਅਕਤੀਆਂ ਲਈ ਕੋਵਿਡ ਸੰਬੰਧੀ ਹਸਪਤਲ ਵਿੱਚ ਦਾਖਲੇ ਅਤੇ ਮਰਨ ਦਾ ਵਧੇਰੇ ਜੋਖਮ ਹੈ ਇਹ ਵੀ ਦੱਸਿਆ ਗਿਆ ਸੀ ਕਿ ਸੈਂਟਰਸ ਫॉर ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਨੇ ਆਪਣੇ ਪਹਿਲੇ ਪੜਾਅ ਦੀ ਤਰਜੀਹ ਵਿੱਚ down syndrome it certainly makes sense that those people be on the list overall uh, but but not necessarily in the first group of those people over 80. there is good data from around the world and and Ontario that you know no matter what kind of illness or disability a person has um age is the number one risk factor ਇਹ ਪੁੱਛਣ ਤੇ ਕਿ ਕੀ ਸੂਬਾ ਕੋਵਿਡ-19 ਟੀਕੇ ਤੱਕ ਪਹਿਲਾਂ ਪਹੁੰਚ ਨੂੰ ਵਧਾਉਣ ਦੀ ਯੋਜਨਾ ਬਣਾ ਰਿਹਾ ਹੈ ਤਾਂ ਇੱਕ ਸਰਕਾਰੀ ਬੁਲਾਰੇ ਨੇ ਕਿਹਾ ਫੈਡਰਲ ਸਰਕਾਰ ਤੋਂ ਹੁਣ ਤੱਕ ਪ੍ਰਾਪਤ ਹੋਈ ਸੀਮਿਤ ਸਪਲਾਈ ਕਾਰਨ ਟੀਕਿਆਂ ਦੀ ਸ਼ੁਰੂਆਤੀ ਵੰਡ ਸਭ ਤੋਂ ਕਮਜ਼ੋਰ ਅੰਟਾਰੀਅਨਸ ਦਰਮਿਆਨ ਹੋਵੇਗੀ ਜਿਨ੍ਹਾਂ ਨੂੰ ਸੰਕਰਮਿਤ ਹੋਣ ਤੋਂ ਬਾਅਦ ਵੱਧ ਜੋਖਮ ਹੁੰਦਾ ਹੈ ਅਤੇ ਜਿਨ੍ਹਾਂ ਤੋਂ ਵਾਇਰਸ ਦੇ ਵੱਧ ਫੈਲਣ ਦਾ ਜੋਖਮ ਵੀ ਹੈ ਬੈਰੀ ਪੇਕਸ ਜੋ ਸਥਾਨਕ ਟਾਸਕ ਫੋਰਸ ਨਾਲ ਕੰਮ ਕਰਦੇ ਨੇ ਮੁਤਾਬਕ ਸਾਡੇ ਕੋਲ ਇੱਕ ਹਫਤੇ ਲਈ ਤਕਰੀਬਨ 1.5 ਲੱਖ ਖੁਰਾਕਾਂ ਨੇ ਅਤੇ ਉਮੀਦ ਕਰਦੇ ਨੇ ਕਿ ਇੱਕ ਵਾਰ ਇਸ ਪੜਾ ਦੇ ਪੂਰੇ ਹੋਣ ਤੋਂ ਬਾਅਦ ਇਹ ਆਬਾਦੀ ਸੰਭਾਵਿਤ ਤੌਰ ਤੇ ਸੂਚੀ ਵਿੱਚ ਅਗਲੀ ਹੋ ਸਕਦੀ ਹੈ। ਐਡਵੋਕੇਟਸ ਕਈ ਮਹੀਨਿਆਂ ਤੋਂ ਮਹਾਮਾਰੀ ਦੌਰਾਨ ਅਸਮਰਥਤਾਵਾਂ ਅਤੇ ਡਿਸੇਬਿਲਿਟੀਆਂ ਵਾਲੇ ਵਿਅਕਤੀਆਂ ਲਈ ਸਹਾਇਤਾ ਦੀ ਕਾਰਡ ਨੂੰ ਉਜਾਗਰ ਕਰ ਰਹੇ ਨੇ। ODS P ਪ੍ਰਾਪਤਕਰਤਾਵਨੂੰ ਮਹਿਜ਼ 2000 ਡਾਲਰਸ ਮਾਸਿਕ ਸਰਬ ਮਿਲ ਰਿਹਾ ਹੈ। ਕੁਝ ਹਾਸ਼ੀਏ ਤੇ ਵੀ ਰਹਿ ਰਹੇ ਨੇ। I worry about people in extreme poverty um who don't have access to vaccines, free medication, food or housing supports. Ministry of Health ਨੇ ਅੱਗੇ ਕਿਹਾ ਕਿ ਵਧੇਰੇ ਜੋਖਮ ਵਾਲੇ ਵਿਅਕਤੀ ਅਤੇ ਉਹਨਾਂ ਦੀ ਦੇਖਭਾਲ ਕਰਨ ਵਾਲਿਆਂ ਨੂੰ ਦੂਜੇ ਪੜਾਅ ਵਿੱਚ ਪਹਿਲ ਦਿੱਤੇ ਗਏ ਸਮੂਹਾਂ ਵਿੱਚ ਸ਼ਾਮਲ ਕੀਤਾ ਜਾ ਸਕਦਾ ਹੈ ਅਤੇ ਮਾਰਚ ਦੇ ਸ਼ੁਰੂ ਵਿੱਚ ਟੀਕਾਕਰਨ ਸ਼ੁਰੂ ਹੋ ਸਕਦੇ ਨੇ ਪਰ ਇਹ ਟੀਕਿਆਂ ਦੀ ਉਪਲਬਧਤਾ ਤੇ ਨਿਰਭਰ ਕਰਦਾ ਹੈ